ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਅਤੇ ਇੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਜਦੋਂ ਪਹੁੰਚਦੀਆਂ ਨੇ ਤਾਂ ਸਾਰੀਆਂ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਦੇ ਵਿੱਚ ਪ੍ਰਸ਼ਾਦਾ ਵੀ ਛਕਦੀਆਂ ਨੇ ਐਨੀ ਵੱਡੀ ਪੱਧਰ ਤੇ ਜਦੋਂ ਸੰਗਤਾਂ ਦੇ ਲਈ ਪ੍ਰਸ਼ਾਦਾ ਤਿਆਰ ਹੁੰਦਾ ਹੈ ਤਾਂ ਇਹ ਜ਼ਰੂਰੀ ਹੈ ਕਿ ਸਮੇਂ ਦੇ ਨਾਲ-ਨਾਲ ਨਵੀਆਂ ਤਕਨੀਕਾਂ ਦੀ ਵੀ ਵਰਤੋਂ ਕੀਤੀ ਜਾਵੇ ਜਿਸ ਦੇ ਮੱਦੇਨਜ਼ਰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਹੁਣ ਲੰਗਰ ਦੇ ਵਿੱਚ ਪਾਫ ਸਿਸਟਮ ਭਾਪ ਕੀ ਭਾਪ ਦੇ ਨਾਲ ਲੰਗਰ ਤਿਆਰ ਹੋਣ ਦੀ ਵਿਧੀ ਜਿਹੜੀ ਹੈ ਉਹ ਅਪਣਾਈ ਜਾਵੇਗੀ ਇਹ ਸਾਰੇ ਪ੍ਰੋਜੈਕਟ ਦੀ ਸੇਵਾ ਜਿਹੜੀ ਕਰ ਰਹੇ ਨੇ ਉਹ ਸੰਤ ਬਾਬਾ ਬਲਜਿੰਦਰ ਸਿੰਘ ਜੀ ਮੁਖੀ ਰਾੜਾ ਸਾਹਿਬ ਸੰਪਰਦਾ ਉਹਨਾਂ ਵੱਲੋਂ ਇਹ ਸੇਵਾ ਕਰਵਾਈ ਜਾਵੇਗੀ ਉਹ ਸਾਡੇ ਨਾਲ ਇਸ ਵਕਤ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਨਾਲ ਫਤ ਖਲਸਾ ਬਾਈ ਦਿਕਾ ਖਲਸਾ ਬਾਈ ਦਿਕਾ ਖਲਸਾ ਜੀ ਬਾਬਾ ਜੀ ਜੋਏ ਪਾਫ ਨਾਲ ਲੰਗਰ ਹੁਣ ਤਿਆਰ ਹੋਇਆ ਕਰੇਗਾ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਵਿੱਚ ਇਸ ਵਿਧੀ ਬਾਰੇ ਸੰਗਤਾਂ ਨੂੰ ਥੋੜੀ ਜੀ ਸੰਖੇਪ ਰੂਪ ਵਿੱਚ ਸਭ ਤੋਂ ਪਹਿਲਾਂ ਜਾਣਕਾਰੀ ਦਿਓ ਜੀ ਹਾਂਜੀ ਇਹ ਜਿਹੜੀ ਸਟੀਮ ਵਾਲਾ ਸਿਸਟਮ ਦੇ ਨਾਲ ਲੰਗਰ ਤਿਆਰ ਹੁੰਦਾ ਹੈ ਇੱਕ ਤਾਂ ਸਾਡਾ ਇਹਦੇ ਵਿੱਚ ਤਜਰਬਾ तकरीबन 10 ਸਾਲਾਂ ਤੋਂ ਰੜਾ ਸਾਹਿਬ ਅਸੀਂ ਇਸੇ ਸਿਸਟਮ ਦੇ ਨਾਲ ਲੰਗਰ ਤਿਆਰ ਕਰ ਰਹੇ ਹਾਂ ਜੀ ਤੇ ਦੂਸਰਾ ਜਿਹੜਾ ਇੱਕ ਤਾਂ ਇਹਦੇ ਵਿੱਚ ਬੱਲਣ ਦੀ ਫਿਊਲ ਦੀ ਬਰ ਜਿਹੜੇ ਬਚਤ ਹੁੰਦੀ ਹੈ ਤੇ ਦੂਸਰਾ ਪੋਲਿਊਸ਼ਨ ਬਹੁਤ ਘੱਟ ਹੁੰਦਾ ਜਿਹੜਾ ਸਿਸਟਮ ਸਾਡੇ ਉੱਤੇ ਚੱਲਿਆ ਸੀ ਵੈਸੇ ਜਿਹੜਾ ਕਨਵੈਨਸ਼ਨਲ ਬਲਣ ਦੇ ਬਲਣ ਵਾਲਾ ਸਾਡੇ ਕੋਲ ਬੋਇਲਰ ਕੰਮ ਕਰਦਾ ਪਰ ਇੱਥੇ ਐਸਡੀਪੀਸੀ ਵਾਸਤੇ ਮੈਨੂੰ ਪਤਾ ਲੱਗਿਆ ਵੀ ਇੱਥੇ ਗੈਸ ਦੀ ਲਾਈਨ ਵੀ ਇੱਥੇ ਅਵੇਲੇਬਲ ਹੈਗੀ ਆ ਤੇ ਸਾਡੀ ਕੋਸ਼ਿਸ਼ ਹੋਊਗੀ ਵੀ ਅਸੀਂ ਜਿਹੜਾ ਗੈਸ ਦੇ ਨਾਲ ਚੱਲਣ ਵਾਲਾ ਬੋਇਲਰ ਬੋਇਲਰ ਨੇ ਸਟੀਮ ਬਣਾਉਣੀ ਆ ਜਿਹੜੇ ਸਟੀਮ ਨੇ ਜਿਹੜੇ ਵੈਸਲਜ਼ ਨੇ ਜਾਂ ਕੜਾਹੇ ਨੇ ਵੱਡੇ ਵੱਡੇ ਬਰਤਨ ਜਿਨ੍ਹਾਂ ਦੇ ਜਿਹਦੇ ਵਿੱਚ ਆਪਾਂ ਲੰਗਰ ਤਿਆਰ ਕਰਦੇ ਆਂ ਜੀ ਉਹਨਾਂ ਨੂੰ ਹੀਟ ਦੇਣੀ ਹੈ ਜੀ ਇਹਦੇ ਵਿੱਚ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਆਮ ਤੌਰ ਤੇ ਲੰਗਰ ਦੇ ਵਿੱਚ ਕੋਈ ਦਾਲ ਸਬਜ਼ੀ ਹੀਟਣ ਲੱਗ ਜਾਂਦੀ ਹੈ ਉਹਦਾ ਟੇਸਟ ਖਰਾਬ ਹੋ ਜਾਂਦਾ ਹੈ ਤੇ ਜੇ ਆਪਾਂ ਉਹਨੂੰ ਕਿਸੇ ਸਰਟਨ ਟੈਂਪਰੇਚਰ ਤੋਂ ਜ਼ਿਆਦਾ ਗਰਮ ਕਰਾਂਗੇ ਜਿਹੜੀ ਇਹਦੀ ਨਿਊਟ੍ਰੀਸ਼ਨ ਵੈਲਿਊ ਖਤਮ ਹੋ ਜਾਂਦੀ ਹੈ ਜਾਂ ਘਟ ਜਾਂਦੀ ਹੈ ਜੀ ਮਤਲਬ ਜਿਹੜਾ ਇਹ ਸਿਸਟਮ ਹੈ ਦੇ ਵਿੱਚ ਦੋ ਚੀਜ਼ਾਂ ਨੇ ਇੱਕ ਤਾਂ ਚੀਜ਼ ਇਹਦਾ ਟੈਂਪਰੇਚਰ ਹੁੰਦਾ ਸਟੀਮ ਦਾ ਜਿਹੜਾ ਵੈਸਲ ਦੇ ਵਿੱਚ ਉਹਦੇ ਥਰੂ ਹੋ ਕੇ ਜਿਹੜਾ ਉਹਨੂੰ ਦਾਲ ਨੂੰ ਜਾਂ ਸਬਜੀ ਨੂੰ ਗਰਮ ਕਰਨ ਵਾਸਤੇ ਪਕਾਉਣ ਵਾਸਤੇ ਮਿਲਣਾ ਹੈ ਜੀ ਉਹ ਟੈਂਪਰੇਚਰ 150 ਤੋਂ 160 ਡਿਗਰੀ ਦੇ ਡਿਗਰੀ ਸੈਂਟੀਗ੍ਰੇਡ ਦੇ ਆਸ-ਪਾਸ ਹੁੰਦਾ ਜੀ ਮਤਲਬ ਉਹਨੇ ਟੈਂਪਰੇਚਰ ਤੇ ਦਾਲ ਜਾਂ ਸਬਜੀ ਜਾਂ ਖੀਰ ਕੋਈ ਵੀ ਚੀਜ਼ ਹੀਟਾਂ ਲੱਗੇ ਨਹੀਂ ਸਕਦੀ ਜਦੋਂ ਹੀਟਾਂ ਹੀਟਾਂ ਨਹੀਂ ਲੱਗਣਾ ਉਹਨੇ ਉਹਨੂੰ ਇੰਨੇ ਟੈਂਪਰੇਚਰ ਨੇ ਮਿਲਣਾ ਉਹਦਾ ਟੇਸਟ ਨਹੀਂ ਖਰਾਬ ਹੋਣਾ ਤੇ ਉਹਦਾ ਟੇਸ ਨਹੀਂ ਖਰਾਬ ਹੋਣਾ ਉਹਨੇ ਟੈਂਪਰੇਚਰ ਤੋਂ ਵੱਧ ਉਹ ਹੀਟ ਨਹੀਂ ਦੇਣੀ ਉਹਦੀ ਨਿਊਟ੍ਰੀਸ਼ਨ ਵੈਲਿਊ ਜਿਹੜੀ ਹੈਗੀ ਆਪਾਂ ਉਹਨੂੰ ਸੇਵ ਕਰ ਮਤਲਬ ਉਹ ਖਰਾਬ ਨਹੀਂ ਹੋਏ ਵੇਸਟ ਨਹੀਂ ਹੋਣ ਦਿੰਦੇ ਸਭ ਤੋਂ ਵੱਡਾ ਫਾਇਦਾ ਇਹਦਾ ਹੈ ਜੀ ਦੂਜਾ ਇਹ ਇਕਨੋਮਿਕਲ ਵੀ ਹੈਗਾ ਐਫੀਸ਼ੀਐਂਸੀ ਬਹੁਤ ਜ਼ਿਆਦਾ ਹੈ ਫਰਜ਼ ਕਰੋ ਜਿਹੜਾ ਜਿਹੜਾ ਆਪਣਾ ਕਨਵੈਨਸ਼ਨਲ ਸਿਸਟਮ ਹੈ ਜੇ ਆਪੇ ਉਹਦੇ ਨਾਲ ਕੋਈ ዳਲ ਸਬਜ਼ੀ ਤਿਆਰ ਕਰਨੀ ਹੈ ਉਹਨੂੰ 2 ਘੰਟੇ ਲੱਗਦੇ ਨੇ ਇਹ ਕਈ ਵਾਰ ਕਈ ਚੀਜ਼ਾਂ ਜਿਹੜੀਆਂ 20-25 ਮਿੰਟ ਦੇ ਵਿੱਚ ਤਿਆਰ ਹੋ ਜਾਂਦੀਆਂ ਨੇ। ਜੀ। ਇੱਥੋਂ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿੰਨਾ ਆਪਾਂ ਫਿਊਲ ਬਚਾਵਾਂਗੇ, ਉਸ ਕਿੰਨਾ ਸਮੇਂ ਦੀ ਬਚਤ ਹੁੰਦੀ ਆ, ਕਿੰਨਾ ਆਪਣਾ ਬੱਦਲਣ ਬਚਦਾ ਹੈ। ਜੀ। ਤੇ ਕਿੰਨੀ ਖੇਚਲ ਬਚਦੀ ਆ, ਖਰਚਾ ਘਟਦਾ ਹੈ। ਜੀ। ਇਸ ਕਰਕੇ ਜਿਹੜੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਸਿਸਟਮ ਦਾ ਵੀ ਹੈ ਕਹਿੰਦੇ ਇਹੋ ਜਿਹੀ ਟੈਕਨੀਕ। ਮੇਰੇ ਹਿਸਾਬ ਨਾਲ ਬਹੁਤ ਚੰਗੀ ਗੱਲ ਹੈ ਵੀ ਐਸਜੀਪੀਸੀ ਵੀ ਮਤਲਬ ਇਸ ਗੱਲ ਦੇ ਉੱਪਰ ਗੌਰ ਕਰ ਰਹੀ ਆ। ਤੇ ਅਸੀਂ ਇੱਕਦੋਂ ਧੰਨਵਾਦ ਵੀ ਕਰਦੇ ਆ ਆਪਣੀ ਸੰਸਥਾ ਵੱਲੋਂ। ਵੀਸ਼ ਰੌਂਗਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਸੰਸਥਾ ਨੂੰ ਸੇਵਾ ਦਿੱਤੀ ਗਈ ਹੈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਜੋ ਸਾਡੇ ਕੋਲੋਂ ਬੈਸਟ ਹੋ ਸਕਦਾ ਹੋਇਆ ਇਹ ਵੱਡੇ ਪਿਆ ਗਾਂਦੇ ਨਾਲ ਸੇਵਾ ਪ੍ਰਾਪਤ ਹੁੰਦੀ ਹੈ ਹਰ ਕਿਸੇ ਨੂੰ ਵੀ ਜਿਹੜੇ ਸੰਗਤ ਦੇ ਬੰਦੇ ਵੀ ਬਹੁਤ ਸਾਰੇ ਸੇਵਾ ਕਰਨ ਵਾਸਤੇ ਤੁਸ਼ਾਹਤ ਹੁੰਦੇ ਨੇ ਤੇ ਅਸੀਂ ਚਾਹੁੰਦੇ ਹਾਂ ਅਸੀਂ ਮਤਲਬ ਇਹ ਗੱਲ ਸਾਨੂੰ ਇਹ ਗੱਲ ਅਹਿਸਾਸ ਹੋ ਰਿਹਾ ਵੀਸ਼ ਰੌਂਗਣੀ ਕਮੇਟੀ ਨੇ ਸਾਨੂੰ ਇਹ ਸੇਵਾ ਦੇ ਕੇ ਮਤਲਬ ਸਾਡੇ ਉੱਪਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਕਿਸਮ ਦੀ ਜੀ ਬਿਲਕੁਲ ਬਾਬਾ ਜੀ ਮੈਂ ਤੁਹਾਨੂੰ ਦੱਸਿਆ ਕਿ ਰਾਣਾ ਸਾਹਿਬ 10 ਸਾਲ ਤੋਂ ਇਸ ਤਰ੍ਹਾਂ ਲੰਗਰ ਤਿਆਰ ਹੋ ਰਿਹਾ ਹੈ ਜੀ 10 ਸਾਲ ਤੋਂ ਇਸ ਤਰ੍ਹਾਂ ਦੀ ਜਿਹੜਾ ਜਦੋਂ ਸ਼ੁਰੂਆਤ ਵੇਲੇ ਜਦੋਂ ਅਸੀਂ ਸ਼ੁਰੂ ਕੀਤਾ ਸੀ ਜੀ ਉਦੋਂ ਕੋਈ ਜਿਹੜੇ ਸਿਸਟਮ ਇੰਨੇ ਵਧੀਆ ਨਹੀਂ ਸੀ ਕਿਉਂਕਿ ਇਹਦੇ ਵਿੱਚ ਥੋੜੀ ਜੀ ਸੇਫਟੀ ਫੀਚਰ ਦਾ ਬਹੁਤ ਧਿਆਨ ਰੱਖਣਾ ਪੈਂਦਾ ਜੀ ਇਹ ਜਿਹੜਾ ਅੱਜ ਕੱਲ ਅਸੀਂ ਹੁਣ ਉਹਨੂੰ ਹੋਰ ਅਪਡੇਟ ਕੀਤਾ ਪਿਛਲੇ 2 ਸਾਲਾਂ ਤੋਂ ਉਹਦੇ ਵਿੱਚ ਜਿਹੜੇ ਅਸੀਂ ਜਿਹੜੇ ਬੋਇਲਰ ਨੇ ਅਸੀਂ ਜਿਹੜੇ ਇੰਟਰਨੈਸ਼ਨਲ ਸਟੈਂਡਰਡ ਦੇ ਅਸੀਂ ਉਹ ਯੂਜ਼ ਕਰ ਰਹੇ ਆ ਜੀ ਜੀ ਦੇ ਵਿੱਚ ਸੇਫਟੀ ਉਹਦੀ ਕਈ ਲੇਅਰਜ਼ ਹੁੰਦੀਆਂ ਨੇ ਸੇਫਟੀ ਦੀਆਂ ਭਈ ਜੇ ਇੱਥੇ ਸਿਸਟਮ ਫੇਲ ਹੋ ਗਿਆ ਤਾਂ ਉਹਦੀ ਅਗਲੀ ਲੇਅਰ ਨੇ ਮਤਲਬ ਬਚਾ ਕਰ ਲੈਣਾ ਉਸ ਤੋਂ ਬਾਅਦ ਉਹਦੀ ਅਗਲੀ ਲੇਅਰ ਹੁੰਦੀ ਹੈ ਜੀ ਉਹ ਮਤਲਬ ਸੇਫਟੀ ਪੁਆਇੰਟ ਹੈ ਉਹ ਤੋਂ ਵੀ ਜਿਹੜਾ ਮਤਲਬ ਬੈਸਟ ਸਿਸਟਮ ਆ ਉਹ ਜਿਹੜਾ ਕਿ ਇੰਡੀਆ ਦੇ ਵਿੱਚ ਜਿੰਨੀਆਂ ਵੀ ਇਹ ਇੰਡਸਟਰੀ ਦੇ ਵਿੱਚ ਵੀ ਬਹੁਤ ਸੇਮ ਬੋਇਲਰ ਕੰਮ ਆਉਂਦੇ ਨੇ ਜੀ ਉਹ ਜਿਹੜਾ ਬੈਸਟ ਕੁਆਲਿਟੀ ਦੇ ਬੋਇਲਰ ਹੈਗਾ ਜਰਮਨ ਦਾ ਅਸੀਂ ਉਹ ਯੂਜ਼ ਕਰਦੇ ਆਂ ਤੇ ਉਹੀ ਅਸੀਂ ਇੱਥੇ ਮਤਲਬ ਪ੍ਰੋਵਾਈਡ ਕਰਾਂਗੇ ਆਪਣੀ ਵੱਲੋਂ ਜੀ ਬਿਲਕੁਲ ਜਿਵੇਂ ਇੱਥੇ ਸ੍ਰੀ ਗੁਰੂ ਰਾਮਦਾਸ ਲੰਗਰ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਜ਼ਿਆਦਾ ਵੱਡੇ ਕੁਆਂਟੀਟੀ ਵਿੱਚ ਕਿਉਂਕਿ ਭੋਜਨ ਬਣਦਾ ਹੈ ਸੰਗਤ ਜ਼ਿਆਦਾ ਹੁੰਦੀ ਹੈ ਤੇ ਉਸ ਹੱਬ ਨਾਲ ਸਿਸਟਮ ਵੀ ਫਿਰ ਉਹਨੇ ਜ਼ਿਆਦਾ ਵੱਡੇ ਲੱਗਣਗੇ ਜਾਂ ਸਿਸਟਮ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਜੀ ਸਿਸਟਮ ਵੱਡਾ ਜਾਂ ਛੋਟਾ ਇਹ ਇਹ ਚੀਜ਼ ਇੱਕ ਡਿਪੈਂਡ ਕਰਦਾ ਵੀ ਇੱਕ ਟਾਈਮ ਤੇ ਵੱਧ ਤੋਂ ਵੱਧ ਕਿੰਨੇ ਬੰਦੇ ਲੰਗਰ ਛੱਕਦੇ ਨੇ ਜੀ ਅ ਅਜੇ ਸਟਾ ਇੱਥੇ ਆਉਣ ਦਾ ਮਕਸਦ ਇਹ ਹੋਈ ਸੀ ਜਿਸ ਤਰ੍ਹਾਂ ਸਾਨੂੰ ਹੁਣ ਪਤਾ ਲੱਗਿਆ ਵੀ ਮੈਕਸਿਮਮ 20 ਮਿੰਟ ਦੇ ਸਾਈਕਲ ਦੇ ਵਿੱਚ ਇਹ ਕਹਿੰਦੇ ਅਸੀਂ 3000 ਤੋਂ 3500 ਬੰਦੇ ਨੂੰ ਲੰਗਰ ਛਕਾ ਦਿੰਦੇ ਆ ਜੀ ਇਹਦਾ ਮਤਲਬ ਇਹ ਹੋਵੇ ਸਾਨੂੰ ਇੱਥੇ ਉਹ ਸਿਸਟਮ ਪ੍ਰੋਵਾਈਡ ਕਰਨਾ ਪਊਗਾ ਜਿਹੜਾ 20 ਮਿੰਟ ਦੇ ਵਿੱਚ ਘੱਟੋ ਘੱਟ 5000 ਬੰਦੇ ਨੂੰ ਲੰਗਰ ਮਤਲਬ ਤਿਆਰ ਕਰਕੇ ਮਤਲਬ ਬਣ ਸਕੇ ਜੇ ਇਹ ਦੇਖੋ ਜਿਹੜੇ ਥੋੜਾ ਡਾਈਨਿੰਗ ਹਾਲ ਹੈਗਾ ਜਿੱਥੇ ਬੈਠ ਕੇ ਸੰਗਤ ਨੇ ਲੰਗਰ ਛਕਣਾ ਬਿਲਕੁਲ ਫੈਸਟੀ ਦਾ ਵਧ ਨਹੀਂ ਸਕਣੀ ਉਹ ਤਾਂ ਉਨਾ ਹੀ ਰਹਿਣਾ ਜੇ ਹੁਣ ਇਹ ਕਹਿੰਦੇ ਨੇ ਵੀ ਅਸੀਂ 30 3000 ਬੰਦੇ ਨੂੰ ਚੁੱਕਾ ਸਕਦੇ ਆ ਅਸੀਂ ਪਹਿਲਾਂ ਹੀ ਉਸ ਤੋਂ ਤਕਰੀਬਨ ਡੇਡੇ ਲੈ ਕੇ ਚੱਲਦੇ ਆਂ ਵੀ ਕੋਟੋਕਟ 5000 ਬੰਦਿਆਂ ਨੂੰ ਮਤਲਬ ਜਿਹੜਾ ਸਿਸਟਮ ਲੰਗਰ ਤਿਆਰ ਕਰਕੇ ਦੇ ਸਕੇ ਸਾਨੂੰ ਉੱਥੇ ਉਹ ਸਿਸਟਮ ਲਾਉਣਾ ਪੈਣਾ 20 ਮਿੰਟਾਂ ਦੇ ਵਿੱਚ ਜਿਹੜਾ 5000 ਬੰਦਿਆਂ ਨੂੰ ਲੰਗਰ ਤਿਆਰ ਕਰ ਸਕੀ ਫਿਰ ਉਹ ਸਾਬ ਨਾਲ ਬੋਇਲਰ ਇੱਕ ਲੱਗਣਾ ਦੋ ਲੱਗਣਾ ਜਾਂ ਤਿੰਨ ਲੱਗਣੇ ਨੇ ਵੈਸਲ ਕਿੰਨੇ ਲੱਗਣੇ ਨੇ ਉਹ ਫਿਰ ਜਿਹੜੇ ਬੰਦੇ ਇਹਦੇ ਕਨਸਰਨ ਬੰਦੇ ਹੈਗੇ ਨੇ ਐਕਸਪਰਟ ਹੈਗੇ ਨੇ ਜਾਂ ਜਿਹੜੇ ਕੰਮ ਕਰਦੇ ਨੇ ਅਸੀਂ ਜੇ ਕੈਲਕੂਲੇਸ਼ਨ ਜਦੋਂ ਹੋਊਗੀ ਪੂਰੀ ਫਿਰ ਸਾਨੂੰ ਪਤਾ ਲੱਗੂਗਾ ਵੀ ਸਾਨੂੰ ਕਿਹੜੀ ਕਿਹੜੀ ਚੀਜ਼ ਚਾਹੀਦੀ ਹੈ ਜੀ ਅਨੁਮਾਨਿਤ ਕਿੰਨਾ ਕੁ ਸਮਾਂ ਵੀ ਲੱਗੇਗਾ ਸਾਰੇ ਸਿਸਟਮ ਨੂੰ ਲੱਗ ਹੋਣ ਦੇ ਵਿੱਚ ਇਹਦੇ ਵਿੱਚ ਸਮੇਂ ਦੀ ਬਾਬਤ ਮੈਂ ਹਜੇ ਤੱਕ একদম ਤਾਂ ਕੁਝ ਨਹੀਂ ਕਹਿ ਸਕਦਾ ਜੀ ਜੀ ਤੇ ਹੁਣ ਜਦੋਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜਿਹੜੇ ਕਿਉਂਕਿ ਫੈਸਲ ਵੀ ਹੋਰ ਨਾਈਟ ਤਾਂ ਕੁਝ ਨਹੀਂ ਤਿਆਰ ਹੋਣਾ ਇਹਦੇ ਵਿੱਚ ਜਿਹੜੇ ਬੋਇਲਰ ਵੀ ਨੇ ਪਹਿਲਾਂ ਅਸੀਂ ਆਰਡਰ ਕਰਾਂਗੇ ਮੇਰੇ ਬੋਇਲਰ ਆਉਣ ਨੂੰ ਵੀ ਮੇਰੇ ਖਾਲਾ 2.5 ਮਹੀਨੇ ਲੱਗ ਜਾਂਦੇ ਨੇ ਜੀ ਜਿਹੜਾ ਤੁਸੀਂ ਆਰਡਰ ਕਰਦੇ ਇਹ ਨਹੀਂ ਹੈਗਾ ਵੀ ਤੁਸੀਂ ਜਾ ਕੇ ਗਏ ਤੇ ਚੱਕ ਲਿਆਉਣਾ ਖਰੀਦ ਲਿਆਉਣਾ ਇਸ ਤਰ੍ਹਾਂ ਨਹੀਂ ਮਿਲਦਾ ਇਹ ਤੁਹਾਡੀ ਮੇਰੇ ਖਿਆਲ ਰਿਕੁਆਇਰਮੈਂਟ ਦੇ ਮੁਤਾਬਕ ਮਤਲਬ ਆਨ ਡਿਮਾਂਡ ਨਹੀਂ ਹੁੰਦੇ ਇਹ ਤੁਸੀਂ ਸਾਨੂੰ ਪਹਿਲਾਂ ਜਿਸ ਤਰ੍ਹਾਂ ਕੋਈ ਚੀਜ਼ ਪਹਿਲਾਂ ਬੁੱਕ ਕਰਨੀ ਪੈਂਦੀ ਹੈ ਇਸ ਤਰ੍ਹਾਂ ਆਰਡਰ ਤੇ ਹੀ ਆਉਣਗੇ ਤੇ ਦੂਸਰਾ ਜਿਹੜੇ ਵੈਸਲਸ ਨੇ ਉਹ ਵੀ ਉਹਨਾਂ ਨੂੰ ਵੀ ਬਣਾਉਣ ਨੂੰ ਕਿਉਂਕਿ ਹਰ ਚੀਜ਼ ਜਿਹੜੀ ਇੱਥੋਂ ਦੀ ਰਿਕੁਆਇਰਮੈਂਟ ਹੈ ਉਹਨਾਂ ਨੇ ਉਸ ਹਿਸਾਬ ਕਿਤਾਬ ਨਾਲ ਬਣਾਉਣੇ ਨੇ ਉਹ ਉਹ ਵੀ ਇਹ ਨਹੀਂ ਹੈਗਾ ਵੀ ਅਸੀਂ ਜਾਣਾ ਤੇ ਜਿਵੇਂ ਆਪਾਂ ਦੁਕਾਨ ਤੋਂ ਭਾਂਡੇ ਖਰੀਦ ਲੈਣੇ ਉਹ ਕੰਮ ਨਹੀਂ ਹੋਣਾ ਜੀ ਇਹ ਹਰ ਚੀਜ਼ ਕਸਟਮਾਈਜ਼ਡ ਹੈ ਜੀ ਤੇ ਇਹਦੇ ਵਾਸਤੇ ਟਾਈਮ ਲੱਗ ਸਕਦਾ ਹੈ ਜੀ ਪਰ ਕੁਝ ਕਹਿ ਨਹੀਂ ਸਕਦੇ ਮਤਲਬ ਹੋਪਫੁਲੀ 6 ਮਹੀਨੇ ਦੇ ਵਿੱਚ ਵਿੱਚ ਜੀ ਮਤਲਬ ਮੇਰਾ ਆਈਡੀਆ ਹੈਗਾ ਵੀ 6 ਮਹੀਨੇ ਦੇ ਵਿੱਚ ਵਿੱਚ ਇਹ ਕੰਮ ਮੁਕੰਮਲ ਹੋ ਜਾਣਾ ਚਾਹੀਦਾ ਪ੍ਰੋਵਾਈਡਡ ਇੱਥੇ ਦਾ ਜਿਹੜਾ ਸਾਨੂੰ ਸਾਰਾ ਸਿਸਟਮ ਇੱਥੋਂ ਦਾ ਤਿਆਰ ਮਿਲੇ ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਬਹੁਤ ਚੰਗੀ ਗੱਲ ਹੈ ਇੱਥੇ ਕਹਿੰਦੇ ਗੈਸ ਦਾ ਕਨੈਕਸ਼ਨ ਹੈਗਾ ਜੀ ਜਿਹੜਾ ਗੈਸ ਦਾ ਕਨੈਕਸ਼ਨ ਦੇ ਜਿਹੜਾ ਉਹ ਬੋਇਲਰ ਵਾਲਾ ਸਿਸਟਮ ਹੋਊਗਾ ਉਹ ਮਤਲਬ ਲਿਸਟ ਉਹਦੇ ਚ ਪੋਲੂਸ਼ਨ ਬਿਲਕੁਲ ਨਹੀਂ ਹੈਗਾ ਜਿਸ ਤਰ੍ਹਾਂ ਸੱਚ ਹਰਮੰਦਰ ਸਾਹਿਬ ਵਾਸਤੇ ਇਹ ਬਹੁਤ ਜ਼ਿਆਦਾ ਮਤਲਬ ਇਸ ਗੱਲ ਦੀ ਸਾਵਧਾਨੀ ਵਰਤਣੀ ਚਾਹੀਦੀ ਆ ਵੀ ਇੱਥੇ ਕਿਸੇ ਕਿਸਮ ਦੇ ਉਹ ਕੀ ਐਸ਼ ਮਤਲਬ ਕਿ ਐਸ਼ ਨਹੀਂ ਡਿੱਗਣੀ ਚਾਹੀਦੀ ਉੱਪਰੋਂ ਹੋਰ ਕਿਸੇ ਕਿਸਮ ਦਾ ਕੋਈ ਕਿਸੇ ਗੈਸਸ ਦਾ ਸਫਾਈ ਦਾ ਵੀ ਸਾਰਾ ਕੰਮ ਸਫਾਈ ਦਾ ਵੀ ਤੇ ਗੈਸਾਂ ਦਾ ਵੀ ਕਿ ਪੋਲੂਸ਼ਨ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਜਿਹੜਾ ਆਪਣੇ ਹਰਮੰਦਰ ਸਾਹਿਬ ਦਾ ਜਿਹੜਾ ਸਟਰਕਚਰ ਹੈ ਜਾਂ ਜਿਹੜਾ ਉੱਥੇ ਸੋਨਾ ਲੱਗਿਆ ਹੋਇਆ ਜਾਂ ਜਿਹੜੀ ਉੱਥੇ ਮਤਲਬ ਅੰਕਾਰ ਵੈਂਕੀਤੀਆ ਜਾਂ ਉਹਦੀ ਡੈਕੋਰੇਸ਼ਨ ਜੋ ਕੁਝ ਵੀ ਹੈਗਾ ਉਹਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਇਹ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਕੇ ਬੈਸਟ ਹੈ ਜੇ ਬਹੁਤ ਤੰਗੀ ਗੱਲ ਮੈਨੂੰ ਅੱਜ ਹੀ ਪਤਾ ਲੱਗਿਆ ਵੈਸੇ ਮੈਨੂੰ ਪਹਿਲਾਂ ਪਤਾ ਨਹੀਂ ਸੀ ਕਿ ਇੱਥੇ ਗੈਸ ਦਾ ਕਨੈਕਸ਼ਨ ਹੈਗਾ ਅਸੀਂ ਮਤਲਬ ਗੈਸ ਵਾਲਾ ਸਿਸਟਮ ਹੀ ਪ੍ਰੋਵਾਈਡ ਕਰਾਂਗੇ ਬਿਲਕੁਲ ਜੀ ਕੁਝ ਸਹੂਲਤਾਂ ਪਹਿਲਾਂ ਮੌਜੂਦ ਨੇ ਤੇ ਕੁਝ ਨੂੰ ਹੋਰ ਡਿਵੈਲਪ ਕਰਕੇ ਜਿਹੜਾ ਇੱਕ ਨਵਾਂ ਜਿਹੜਾ ਸਟ੍ਰੀਮ ਸਿਸਟਮ ਇੱਥੇ ਲੱਗੇਗਾ ਤਾਂ ਅਸੀਂ ਆਸ ਕਰਦੇ ਹਾਂ ਕਿ ਗੁਰੂ ਕੀ ਲੰਗਰ ਦੇ ਵਿੱਚ ਜਿਵੇਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਵਾਸਤੇ ਪ੍ਰਸ਼ਾਦਾ ਰੋਜ਼ਾਨਾ ਤਿਆਰ ਹੁੰਦਾ ਹੈ ਉਸ ਸਿਸਟਮ ਨੂੰ ਵੀ ਪੂਰੀ ਤਰ੍ਹਾਂ ਜਿਹੜਾ ਚੇਂਜ ਆਏਗਾ ਨਵੀਂ ਤਕਨੀਕ ਮਿਲੇਗੀ ਤੇ ਨਾਲੇ ਜਿਵੇਂ ਤੁਸੀਂ ਕਿਹਾ ਕਿ ਭੋਜਨ ਦੇ ਪੱਕਣ ਵਿੱਚ ਘੱਟ ਸਮਾਂ ਲੱਗੇਗਾ ਤੇ ਨਾਲੇ ਪੋਸ਼ਟਿਕਤਾ ਵੀ ਜਿਹੜੀ ਉਹਦੀ ਵਧੇਗੀ ਬਾਬਾ ਜੀ ਬਹੁਤ ਧੰਨਵਾਦ ਤੁਹਾਡਾ ਭਾਈ ਗੁਰਜੀਤ ਖਾਲਸਾ ਭ